ਮੇਰੀਆਂ ਘਰ ਵਾਲੀ ਦੀਆਂ ਵੀ ਚੀਕਾਂ ਕੜਾਤੀਆਂ ਸੀ ਵੱਡੇ ਸਰਦਾਰ ਦੀਆਂ। ਤੇ ਮੇਰੀ ਭੈਣ ਆ ਜਿਹੜੀ ਅਮਰਤਾ, ਉਹਨੂੰ ਬੇਨਤੀ ਆ ਵੀ ਇਹਨੂੰ ਕਿਹੜੀ ਬਸ਼ਰਮੀ ਦੀ ਗੋਲੀ ਦੇ ਕੇ ਤੁਸੀਂ ਗਿੱਦੜਵੇ ਭੇਜਦੇ ਹੋ। ਅਸੀਂ ਬੱਸਾਂ ਟਰੱਕਾਂ ਦਾ ਕੰਮ ਕਰਦੇ ਹਾਂ, ਮੇਰੇ ਤੋਂ ਵੱਧ ਗਾਲਾਂ ਪੰਜਾਬ 'ਚ ਨਹੀਂ ਆਉਂਦੀਆਂ ਕਿਸੇ ਨੂੰ ਜਿੰਨੀਆਂ ਮੈਨੂੰ ਆਉਂਦੀਆਂ। ਕੱਲ੍ਹ ਦੱਸੀ ਜਾਂਦਾ ਸੀ ਸਟੇਜ 'ਤੇ ਖੜਾ, ਮੈਂ 12 ਗੋਲੀਆਂ ਦਾ ਪਿਸਤੌਲ ਚੱਕੀ ਫਿਰਦਾ, ਸੀਨੇ 'ਚ ਲਾ ਦੂੰ, ਇਹਨੂੰ ਕਿਹਾ ਉਹ ਵੀ ਨਾਲ ਲਿਆ। ਲਵਾਨ ਨਹੀਂ ਕਿਸੇ ਦੇ MC ਦੇ ਘਰ ਨੂੰ ਤਾਲਾ, ਤੈਨੂੰ ਮੈਂ ਦੱਸਾਂ ਕੀ ਭਾਵਿਕਦੀ ਆ। ਆਪਾਂ ਦੋਨੇ ਹੋਵਾਂਗੇ, ਤੂੰ ਪਿਸਤੌਲ ਲਿਆਈ ਨਾਲੇ ਚਪੇੜਾ ਮਾਰ ਕੇ ਤੇਰਾ ਪਿਸਤੌਲ ਵੀ ਖਾਊਂਗਾ। ਆਹ ਸਾਡੇ ਦਫ਼ਤਰ ਪੁਲਿਸ ਆਈ ਬੈਠੀ ਆ, ਕਹਿੰਦੇ ਸਰੀ ਜੀ ਇਸ ਅਸਲਾ ਜਮ੍ਹਾਂ ਕਰਾ ਦਿਓ। ਮੋਕ ਨਿਕਲ ਗਈ, ਹੋ ਗਈ ਪੈਂਟ ਗਿੱਲੀ। ਕੈਪਟਨ ਅਮਰਿੰਦਰ ਸਿੰਘ ਲੈ ਮੈਨੂੰ ਬਣਾ ਗ੍ਰਹਿ ਮੰਤਰੀ ਤੇ ਫੇਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਅੱਗੇ ਇਹੀ ਬੇਨਤੀ ਕਰਦਾ ਵੀ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਕੇ ਇਹਨੂੰ ਬਣਾ ਦਿਓ, ਤੁਹਾਨੂੰ ਨਹੀਂ ਚਲਾਉਣਾ ਆਉਂਦਾ। ਰਾਜਾ ਵੜਿੰਗ ਜੀ ਕਹਿੰਦੇ ਟੱਪ ਕੇ ਬਾਹਰ ਆ ਗਿਆ ਤਾਂ ਕੁਲਦੀਪ ਸਿੰਘ ਦਾ ਪੁੱਤ ਨਾ ਕਹੀ। ਮੈਂ ਤੁਹਾਨੂੰ ਕੁਲਦੀਪ ਸਿੰਘ ਬਾਰੇ ਵੀ ਦੱਸ ਹੀ ਦਿੰਦਾ ਯਾਰ, ਨਸ਼ੇ 'ਚ ਡੁੱਬਿਆ ਰਹਿੰਦਾ ਸੀ, ਇੱਕ ਨੰਬਰ ਦਾ ਆਯਾਸ਼ ਬੰਦਾ ਸੀ ਉਹ, ਇੱਕ ਨੰਬਰ ਦਾ ਇਹਦਾ ਪਿਓ ਰਾਜੇ ਵੜਿੰਗ ਦਾ। ਸਾਰਾ ਕਾਂਗਰਸ ਦਾ ਬੋਝ ਆਪਦੇ ਮੋਢਿਆਂ 'ਤੇ ਚੱਕੀ ਫਿਰਦਾ ਵੀ ਹੋਏ ਹੋਏ ਫੂੰ ਫੂੰ ਕਰਦਾ ਫਿਰਦਾ, ਤੈਨੂੰ ਕੁੱਤੀ ਤੈਨੂੰ ਪੁੱਛਦੀ ਨਹੀਂ ਕਾਂਗਰਸ 'ਚ, ਕੁੱਤੇ ਜਿੰਨੀ ਕਾਹਦਾ ਤੇਰੀ ਕਾਂਗਰਸ 'ਚ। 15 ਮਿੰਟਾਂ ਦਾ ਦੇ ਦਿਓ ਟਾਈਮ ਤੇ, 15 ਮਿੰਟਾਂ ਬਾਅਦ ਆ ਕੇ ਆਪਦਾ ਇਕੱਠਾ ਕਰਕੇ ਪੰਡ ਬੰਨ ਕੇ ਲੈ ਜਾਓ ਇਹਦੀ, ਵੱਡੇ ਸੂਰਮੇ ਦੀ ਇਹਦੀ, ਭੱਜੀ ਨਾ ਮੁਕਤਸਰ ਨੂੰ, ਇੱਥੇ ਹੀ ਨਿਬੜੀ ਸਾਡੇ ਨਾਲ, ਤੈਨੂੰ ਦੱਸਾਂਗੇ ਕੀ ਭਾਵ ਵਿਕਦੀ ਆ। ਪੰਜਾਬ 'ਚ ਨਗਰ ਨਿਗਮ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਗਰਮ, ਪਰ ਹਲਕਾ ਗਿੱਦੜਬਾਹਾ 'ਚ ਮਾਮਲਾ ਚੋਣਾਂ ਤੋਂ ਉੱਪਰ ਉੱਠ ਕੇ ਪੂਰੀ ਤਰ੍ਹਾਂ ਪਰਸਨਲ ਹੋ ਚੁੱਕਿਆ, ਉਹ ਵੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਚਕਾਰ ਰਾਜਾ ਵੜਿੰਗ ਦੇ ਵਿਵਾਦਿਤ ਬਿਆਨਾਂ ਦਾ। ਹੁਣ ਵਿਵਾਦਿਤ ਬਿਆਨਾਂ ਵਿੱਚ ਹੀ ਪਲਟ ਜਵਾਬ ਦਿੱਤਾ ਗਿਆ। ਜੀ ਹਾਂ, ਅਸਲ 'ਚ ਬੀਤੇ ਦਿਨੀ ਸੁਖਵੀਰ ਸਿੰਘ ਬਾਦਲ ਚੋਣਾਂ ਦੇ ਪ੍ਰਚਾਰ ਲਈ ਗਿੱਦੜਬਾਹਾ ਪਹੁੰਚੇ ਸੀ, ਜਿੱਥੇ ਬਾਦਲ ਨੇ ਰਾਜਾ ਵੜਿੰਗ ਖਿਲਾਫ਼ ਭੜਾਸ ਕੱਢੀ, ਜਿਸ ਨੂੰ ਸੁਣਦਿਆਂ ਹੀ ਵੜਿੰਗ ਸਾਹਿਬ ਇੰਨੇ ਕੁ ਭੜਕ ਉੱਠੇ ਕਿ ਬਾਦਲ ਪਰਿਵਾਰ ਖਿਲਾਫ਼ ਆਗੂ ਗੱਲ ਦਿੱਤੀ। ਬਸ ਗਾਲਾਂ ਨਹੀਂ ਕੱਢੀਆਂ ਪਰ ਕਸਰ ਕੋਈ ਨਹੀਂ ਛੱਡੀ, ਜਿਸ ਤੋਂ ਬਾਅਦ ਹੁਣ ਅਕਾਲੀ ਦਲ ਵੱਲੋਂ ਸਨੀ ਢਿੱਲੋਂ ਨੇ ਵੜਿੰਗ ਨੂੰ ਉਸਦੀ ਹੀ ਭਾਸ਼ਾ ਵਿੱਚ ਪਲਟ ਜਵਾਬ ਦਿੱਤਾ। ਢਿੱਲੋਂ ਦਾ ਕਹਿਣਾ ਕਿ ਰਾਜਾ ਵੜਿੰਗ ਦੇ ਮਾਮੇ ਮੇਰੇ ਲਿਹਾਜ਼ੀ ਨੇ, ਵੜਿੰਗ ਦੀ ਘਰਵਾਲੀ ਅੰਮ੍ਰਿਤਾ ਮੇਰੀ ਭੈਣ ਆ, ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਵੜਿੰਗ ਨੂੰ ਕਿਹੜੀ ਬੇਸ਼ਰਮੀ ਦੀ ਗੋਲੀ ਦੇ ਕੇ ਗਿੱਦੜਬਾਹਾ ਭੇਜਦੇ ਹੋ। ਇਹ ਮਾਮੇ ਨੂੰ, ਮੇਰਾ ਲਿਹਾਜ਼ੀ ਵੀ ਆ ਮਾਮਾ, ਦੋਨਾਂ ਮਾਮਿਆਂ ਨੂੰ ਹੀ, ਅਤੇ ਮੇਰੀ ਭੈਣ ਆ ਜਿਹੜੀ ਅਮਰਤਾ, ਉਹਨੂੰ ਬੇਨਤੀ ਆ ਵੀ ਇਹਨੂੰ ਕਿਹੜੀ ਬਸ਼ਰਮੀ ਦੀ ਗੋਲੀ ਦੇ ਕੇ ਤੁਸੀਂ ਗਿੱਦੜਵੇ ਭੇਜਦੇ ਹੋ, ਕਿਹੜੀ ਗੋਲੀ ਲੈ ਕੇ ਆਉਂਦਾ ਬਸ਼ਰਮਾ, ਬਸ਼ਰਮੀ ਦੀ, ਇੰਨਾ ਅਬਾ ਸਬਾ ਬੋਲਦਾ। ਤੇਰੀ ਜੇ ਬੇਟੀ ਨੇ ਤੇਰੀ ਵੀਡੀਓ ਸੁਣ ਲਈ ਜੋ ਤੂੰ ਕੱਲ੍ਹ ਬਕਿਆ ਔਰਤਾਂ ਬਾਰੇ, ਤੈਨੂੰ ਸ਼ਰਮ ਨਹੀਂ ਆਊ? ਤੇਰੀ ਘਰਵਾਲੀ ਨੂੰ ਵੀਡੀਓ ਸੁਣਾਈ ਉਹ ਜਿਹੜੇ ਤੂੰ ਬਕਿਆ ਕਿਸੇ ਲੇਡੀ ਬਾਰੇ, ਬਕਿਆ ਇੰਨਾ ਬਕਿਆ, ਤੈਨੂੰ ਸ਼ਰਮ ਨਹੀਂ ਆਊ ਇਹ ਗੱਲਾਂ ਕਰਦੇ ਨੂੰ? ਪਰ ਤੂੰ ਬਸ਼ਰਮਾ, ਬਸ਼ਰਮੀ ਦੀ ਗੋਲੀ ਕਰਨਾ। ਨਾਲ ਹੀ ਸਣੀ ਨੇ ਚੁਣੌਤੀ ਵੀ ਦਿੱਤੀ ਕਿ ਸਾਨੂੰ ਦੋਵਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਵੋ, 15 ਮਿੰਟ ਬਾਅਦ ਪੰਡ ਬੰਨ ਕੇ ਲੈ ਜਿਓ ਵੱਡੇ ਸੂਰਮੇ ਨੂੰ। ਮੈਨੂੰ ਆਹ ਸੀ ਵੀ ਮੈਂ ਪਕੌੜਾ ਬਣਾ ਦੂੰਗਾ ਸਣੀ ਨੂੰ ਸ਼ਹਿਰ 'ਚ। ਮੈਂ ਬੇਨਤੀ ਕਰਦਾ DSP ਸਾਹਿਬ ਨੂੰ ਵੀ ਘੰਟਾ ਕੁ ਪਹਿਲਾਂ ਫੋਨ ਕਰ ਦਿਓ ਜੀ, ਕਈ ਵਾਰੀ ਕਿਤੇ ਗਿਆ ਹੁੰਦਾ ਜਾਂ ਸਵੇਰੇ ਦੱਸ ਦਿਓ, ਫਿਰ ਮੈਂ ਜਾਂਦਾ ਨਹੀਂ, ਅਤੇ ਸਾਨੂੰ ਇੱਕ ਕੰਮ ਕਰਿਓ ਦੋਵਾਂ ਨੂੰ, ਇਹਦੇ ਕਿਸੇ MC ਦੇ ਘਰੇ, ਇਹਦੇ ਕਿਸੇ MC ਦੇ ਘਰੇ ਕਿਸੇ ਕਮਰੇ 'ਚ ਵਾੜ ਕੇ ਅਤੇ ਤਾਲਾ ਲਾ ਦਿਓ। ਇਹ ਆਪਦਾ ਜਿਹੜਾ 12 ਗੋਲੀਆਂ ਦਾ ਪਿਸਤੌਲ ਦੱਸਦਾ, ਇਹ ਕੱਲ੍ਹ ਦੱਸੀ ਜਾਂਦਾ ਸੀ ਸਟੇਜ 'ਤੇ ਖੜਾ, ਮੈਂ 12 ਗੋਲੀਆਂ ਦਾ ਪਿਸਤੌਲ ਚੱਕੀ ਫਿਰਦਾ, ਸੀਨੇ 'ਚ ਲਾ ਦੂੰ, ਇਹਨੂੰ ਕਿਹਾ ਉਹ ਵੀ ਨਾਲ ਲਿਆਵੇ। ਵੈਸੇ ਮੈਂ ਪਤਾ ਕੀਤਾ 12 ਗੋਲੀ ਦਾ ਹੁੰਦਾ ਨਹੀਂ, 9 ਦਾ ਹੀ ਹੁੰਦਾ, 3 ਤਾਂ ਨਸ਼ੇ ਵਾਲੀਆਂ ਪਾਈ ਫਿਰਦਾ ਉਹਦੇ 'ਚ, ਇਹ 3 ਨਸ਼ੇ ਵਾਲੀਆਂ ਗੋਲੀਆਂ ਉਹਦੇ ਵਿੱਚ, ਇਹ ਉਹਨੂੰ ਵੀ ਉਹ ਵੀ ਲਿਆਇਓ ਨਾਲ, ਅਤੇ ਸਾਨੂੰ ਕਮਰੇ 'ਚ ਕਰ ਦਿਓ ਬੰਦ, ਅਤੇ 15 ਮਿੰਟਾਂ ਦਾ ਦੇ ਦਿਓ ਟਾਈਮ, ਅਤੇ 15 ਮਿੰਟਾਂ ਬਾਅਦ ਆ ਕੇ ਆਪਦਾ ਇਕੱਠਾ ਕਰਕੇ ਪੰਡ ਬੰਨ ਕੇ ਲੈ ਜਾਓ ਇਹਦੀ, ਵੱਡੇ ਸੂਰਮੇ ਦੀ ਇਹਦੀ, ਕੁੱਤਿਆਂ ਵਾਂਗੂ ਭੌਂਕੀ ਜਾਂਦਾ। ਕੱਲ੍ਹ ਮੈਨੂੰ ਐਡਾ ਐਡਾ ਬੋਲ ਕੇ ਗਿਆ ਬਸ਼ਰਮਾ, 24 ਘੰਟੇ ਨਹੀਂ ਹੋਏ, 24 ਘੰਟੇ, ਆਹ ਮੈਂ ਤੁਹਾਨੂੰ ਦਿਖਾਉਂਦਾ ਫੋਟੋ, 24 ਘੰਟਿਆਂ 'ਚ ਇਹਦਾ ਆਹ ਲਿਖੋ, ਆਹ ਸਾਡੇ ਦਫ਼ਤਰ ਪੁਲਿਸ ਆਈ ਬੈਠੀ ਆ, ਕਹਿੰਦੇ ਸਰੀ ਜੀ ਇਸ ਅਸਲਾ ਜਮ੍ਹਾਂ ਕਰਾ ਦਿਓ। ਮੋਕ ਨਿਕਲ ਗਈ, ਹੋ ਗਈ ਪੈਂਟ ਗਿੱਲੀ। ਕੱਲ੍ਹ ਤਾਂ ਬੜਕਾ ਮਾਰਦਾ ਸੀ ਵੀ ਆ ਜੇ ਜਿੱਥੇ ਮਰਜ਼ੀ, ਹੁਣ ਅੱਗੇ ਤੜਕੇ ਅਸਲਾ ਜਮ੍ਹਾਂ ਕਰਾਓ ਜੀ, ਐਡੀ ਛੇਤੀ ਡਰ ਗਿਆ ਓਏ, ਗੱਲਾਂ ਮਾਰਦਾ ਵੱਡੀਆਂ ਵੱਡੀਆਂ, ਮੈਨੂੰ ਆ ਨਾ ਗੁੰਡਾ ਤੂੰ, ਮੈਂ ਗੁੰਡਾ, ਤੂੰ ਮੇਰੇ ਤੋਂ ਵੱਡਾ ਗੁੰਡਾ, DSP ਤੇਰੇ ਨਾਲ ਧਮਕਾਉਂਦਾ ਫਿਰਦਾ, SDM ਤੇਰੇ ਨਾਲ ਧਮਕਾਉਂਦਾ ਫਿਰਦਾ, ਗੁੰਡਾ ਤੂੰ ਮੈਨੂੰ ਦੱਸਦਾ? ਅਸੀਂ ਤਾਂ ਵਾਜਾਂ ਮਾਰ ਮਾਰ ਕਾਗਜ਼ ਭਰਾਏ ਸੀ 2000 ਜਦੋਂ ਸਾਡੀ ਚੋਣ ਹੋਈ ਸੀ, ਤੈਨੂੰ ਵੀ ਪਤਾ ਤੂੰ ਕਿਵੇਂ ਜਿੱਤੀ ਆ ਬਲਾਕ ਸੰਮਤੀ, ਕਿਵੇਂ ਜਿੱਤੀ ਆ ਸਰਪੰਚੀ, ਕਿਵੇਂ ਜਿੱਤੀ ਆ ਤੂੰ, ਅੱਜ ਜਿੱਤੇਗਾ ਹੁਣ ਆਪ ਕਮੇਟੀਆਂ, ਤੈਨੂੰ ਵੀ ਪਤਾ। ਅੱਗੇ ਸਨੀ ਢਿੱਲੋਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਗ੍ਰਹਿ ਮੰਤਰੀ ਦਾ ਅਹੁਦਾ ਵੜਿੰਗ ਨੂੰ ਦੇ ਦਵੋ। ਕੈਪਟਨ ਅਮਰਿੰਦਰ ਸਿੰਘ ਨੂੰ ਤੂੰ ਲਾਹਨਤਾਂ ਪਾਈ ਜਾਂਦਾ ਕੱਲ੍ਹ ਦਾ ਵੀ, ਮੈਂ ਲਾਹਨਤਾਂ ਮੈਨੂੰ ਇਹੋ ਜਿਹੇ ਮੁੱਖ ਮੰਤਰੀ 'ਤੇ? ਮੈਂ ਤਾਂ ਕੈਪਟਨ ਸਾਹਿਬ ਅੱਗੇ, ਸਾਡੇ ਸਤਿਕਾਰਯੋਗ ਮੁੱਖ ਮੰਤਰੀ ਅੱਗੇ ਇਹੀ ਬੇਨਤੀ ਕਰਦਾ ਵੀ
होम मिनिस्ट्री तो इस्तीफा दे के इसनू बना दो, थोनू नहीं चलाना आता, राजा बड़िंग जी कहिंदे कैप्टन नू राज नहीं करना आता, जिहड़ा दूजी वारी मुख्यमंत्री बनया पता नहीं किन्ने करी एम एल ए एम पी बन गया, उन्हूं नहीं पता, राजा जी नू ज़्यादा पता है, जिन्हां दे पैर थले बटेरा हो गया अड़ आ गया। मनप्रीत बादल ने इतों साढ़े व्डे भरा ने भजना सी, इतों जाना सी छड़ के, भरावां दा आपसी तकरार पैना सी, तेरे चुबारे दियां मगर वाली पौड़ियां चढ़ना सी, नहीं इहनू इहनू बणाउंदे एम एल ए कहिहड़ा जी जाणदा, एम सी नहीं बणींदा तों, हुण बन ले 2022 च दोबारे आए साढ़े कागज रिजैक्ट करके तो भावें बन जाए, जिते साढ़े कागज सिलैक्ट हो गए पुत तू खड़ना नहीं, तू भजेगा मुक्तसर नूं, सानूं सारा पता तू भजेगा मुक्तसर नूं, पर मुक्तसर ना जाई, जिहड़े तेरे कोई थोड़े कांग्रेस वाले पैसे पूसे जे लैंदे ते ना 50-60 लाख रुपया भी टिकटां टुकटां देण दा साथों दवा दी, पर भज्जी ना मुक्तसर नूं, इत्थे ही निबड़ी साढ़े नाल, तैनूं दस्सांगे की भाव विकदी आ। सनी ढिल्लों ने राजा बड़िंग दे वर्करां समेत पुलिस नूं भी धमकी दे दित्ती, ते मैं वर्करां नूं भी जिहड़े कांग्रेसी अपील करना चाहुंदा भी लंडा चिड़ा पहाड़ां दा साथी इहने नहीं खड़ना, एक मिंट भी इहने भज जाणा मुक्तसरां नूं, ते जे साडे किसे वर्कर दा जां साडे ते किसे भी साडे वर्कर दा छोटे मोटे लीडर दा नुकसान हो गया, मैं 5 साल खड़ा नहीं छड़ना भाई, महीने थोड़े 5-6 ही रह गए, फिर उदू बाद लग जाना कोड, फिर मैनू माड़ा ना कहो, मैं थोनू वारी वारी बेनती करी जाना, मेरे तो कोई उम्मीद ना रखियो रहम दी, किसे वर्कर दा साडे दा नुकसान नहीं होना चाहिए, मैं वार्निंग दिना पुलिस नूं भी प्रशासन नूं भी, कोई धक्का ना करो इहदे आखे, इहदा कुछ नहीं जाना, इहने भज जाना, पता नहीं किधर नूं जाऊगा। होर की लानतां पाईआं, की धमकियां दित्तियां, गल्लां चपेड़ा मारन तक पहुंच गईआं, सुनो। सुखबीर सिंह बादल दा नां लैंदा, हरसिमरत बीबा दा नां लैंदा, चगला तैनूं ऐ नहीं पता भी वड्डिआं दा नां लैके पब्लिसिटी लैंदा तूं, मैं सुखबीर सिंह बादल नूं मैं अबा तबा बोलूंगा, हरसिमरत बादल नूं अबा तबा बोलूंगा, मेरी कांग्रेस च वाह वाह हो जू, तेरी थू थू होई पई है चौरिया, तैनूं मूंह ला के नहीं राजी चगला, तू मेरे हाथ आ जा ना कि मैं तेरी जीभ पटदा, जे कदे तेरे दोबारे ना आ गया ना सुखबीर बादल दा जां बीबा हरसिमरत दा, तेरी जीभ जड़ों खिच दूं मैं, नोट रखी पासे पासे गालां देण वाली आ तू, मेरे मूहरे आ तू किसे दिन, लवा नहीं किसे दे एमसी दे घर नूं ताला, तैनूं मैं दसा की भाविकदी आ, आपां दोन्ने होवांगे, तू पिस्तौल ले आई नाले चपेड़ा मार के तेरा पिस्तौल भी खाऊंगा वड्डा सूरमा। एक तू कहिंदा फिरदा हर एक थां जा जा शहर च, मैं ब्रिज बनाता जी, मैं ब्रिज बनाता जी, मैं सड़क बनाती जी, जिन्नी बंदे दी एकाद होवे ना, जिन्नी बंदे दी एकाद होवे उन्नी गल करी दी है, ये ब्रिज बनाए आ सड़क बनाईया सरदार सुखबीर सिंह बादल ने, तेरा कैप्टन अमरिंदर सिंह मुख्यमंत्री भी मनदा है, सारी कांग्रेस मनदी है, सारा पंजाब मनदा है, वी जिहड़ियां सड़क ब्रिज बनाए कैप्टन अमरिंदर सिंह ने, तेरी एकाद एक महल्ले की गली च दो खंभियां ते ट्रांसफार्मर ला के रिबन कट्टण वाली है, ते जां 4 फुट का रस्ता 20-30 मीटर की गली बना के उत्थे लैची खा ते घर नूं जा, तेरी आ एकाद है, तेनू कुत्ती दा पुछदी नहीं तेनू ये कांग्रेस च। इस मौके सनी ढिल्लों इन्ना गर्म हो गया, कहिंदा मेरे तो वध गंदियां गालां किसे नूं नहीं आउंदियां, बड़िंग तेरे तो सुनिया नहीं जानिया। फिर भी अमृता भैण की मैं हजे इज्जत करदा, पर तेथों करा नहीं होनी, असी बसां ट्रकां दा काम करदा, मेरे तो वध गालां पंजाब च नहीं आउंदियां किसे नूं जिन्नियां मैनू आउंदियां, कल्ला भी शर्मसार हो जाएगा जे मैं कल्ला गाला कढ़दा ना, तैनूं वीडियो रिकॉर्डिंग भेजदा, कल्ला सुन के भी तैनूं त्रेली आ जाऊगी भी इहो जी गंदी गाल कढ़दा है, पर नहीं मैं हजे भी बुढ़िया की रिस्पैक्ट करदा, मैं नहीं माड़ा बोलता, अमृता मेरी भैण आ, पर मैं अमृता नूं समझाउंदा भी इहनूं नत्थ पा के रख दे, इहदा बहुत बुरा हाल होना। हद तां उदों हो गई जदों बड़िंग दे पिता नूं भी नहीं बख्शिया, किहे करदा फिरदा मैं कुलदीप सिंह दा पुत नहीं, मैं कुलदीप सिंह दा पुत नहीं, मैं तुहानूं कुलदीप सिंह बारे भी दस ही दिना यार, कुलदीप सिंह कोई लौंगे वाला पोस्ट ते नहीं लग्या वैसे, कुलदीप सिंह चांदपुरी नहीं सी, कुलदीप सिंह एक बंदे दा नाम सी जिहड़ा इहदा प्यो आ विड़गां पिंड तों, विड़गां पिंड दा उहदा छोटा नाम सी बोड़ा वैली, बोड़ सिंह बोड़ा वैली, नशे च डुब्बिया रहिंदा सी, एक नंबर का अयाश बंदा सी, एक नंबर का इहदा प्यो राजे बड़िंग दा, उहनूं पद्म श्री मिलिया सी उहदे मरन तों बाद जिहड़ा राजा चक्की फिरदा है, उन्हें 3 घरवालियां मारिया सी आपदियां 3, पहली मारी सी नहर सिट के सोथी वाली नहर सिट के, दूजी इन्हें मारी सी गला घुट के फाहे लाते सी, तीजी जिहड़ी इहदी असली मां सी सोथी वाली ਉਹ ਇਹਨੇ ਮਾਰੀ ਸੀ ਧਾਰਾਂ ਚੌਂਦੀ ਦੇ ਗੋਲੀ ਮਾਰੀ ਸੀ ਇੱਥੇ ਸਿਰ 'ਚ ਇਹਨੇ, ਅਤੇ ਜਿਹੜੀ ਚੌਥੀ ਤੇਰੀ ਮਾਂ ਹਰੀ ਨੌ ਰਹਿੰਦੀ ਆ ਉਹ ਬਚ ਗਈ, ਉਹ ਬਚ ਤਾਂ ਗਈ ਵੀ
उदों नूं अपने कुलदीप सिंह चांदपुरी जी शहीद हो गए, अपने पद्म श्री अवार्डी वो शहीद हो गए, तो बेचारी बच गई। आपकी माँ की पेंशन ही लवा दे, विधवा पेंशन जिहड़ी हरी नौ बैठी आ, लोगों ने की काम कराएगा तू, चगला तेनूं पुछदा कौन है कांग्रेस चो, ये सारा कांग्रेस का बोझ आपके मोढ़े ते चक्की फिरदा वी, होए होए फूं फूं करता फिरदा, तेनूं कुत्ती तेनूं पुछदी नहीं कांग्रेस च, कुत्ते जिन्नी कादा तेरी कांग्रेस च, बाकी हजे भी तेरे छे महीने पे आ, मैं तेनूं कहना छे महीने तेरी सरकार दे पे आ, छे महीने तेरे सारे लोकतंत्र जिहा जिहड़ा राज जिहा तेरा उहदे पे आ, तू जो तेरा दिल करदा मेरा पटला, मैं सारे गिदड़वे हल्के नूं सारे पंजाब नूं चैलेंज करदा वी जो राजा वड़िंग तो मेरा माड़ा हुंदा मेरा कर ले, मेरे डक्का याद नहीं। ते जो मेरी वारी होई ना उदो धरने जे ना लाई, उदो प्यो ना निबड़ी, आ सके प्यो नाल आपदे नाल उदो निबड़ी भी, हाँ यार भाई असी कीता सी तू भी करी, फिर वह धरने जे ना लाई, धक्का हो गया ना करी, धौन मरोड़ूंगा आ आ बाबा च बहूंगा नाले, बारह बारह आला पिस्तौल नहीं लिया, हथ बहुत आह इन्हां जी घुट के मार दूं। हुण इस तों तुसीं समझ ही गए होवोंगे कि मामला किवें चोण जंग तों परसनल जंग विच तब्दील हो चुके आ। इसनूं नकारिया नहीं जा सकता कि भड़ास बड़िंग ने भी बहुत कढ़ी सी, जो खबर असीं तुहाडे नाल सांझी भी कीती सी। हालांकि हुण अपने कई उम्मीदवारां दीआं नामजदगियां रद्द होण तों बाद श्रोमणी अकाली दल ने गिद्दड़बाहा च चोणां दा वाईकाट कर दिता। ब्यूरो रिपोर्ट, चैनल पंजाब।